ਇਹ ਸੀਸੀਟੀਵੀ ਵੀਡੀਓ ਵੈਸੇ ਤਾਂ ਚੋਰੀ ਦੀ ਹੈ, ਜਿੱਥੇ ਦੋ ਚੋਰ ਆਉਂਦੇ ਨੇ ਤੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਇਹਨਾਂ ਚੋਰਾਂ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਇਹਨਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪੈਂਦਾ ਹੈ। ਕਾਰ ਛੱਡ ਕੇ ਇਹ ਦੋਵੇਂ ਚੋਰ ਇੱਥੋਂ ਫਰਾਰ ਹੋ ਜਾਂਦੇ ਨੇ। ਦਰਅਸਲ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਕਿ ਇਹ ਦੋ ਚੋਰ ਜੋ ਗਲੀ ਦੇ ਵਿੱਚੋਂ ਗੁਜ਼ਰ ਰਹੇ ਸਨ ਤਾਂ ਕਾਰ ਖੜੀ ਦੇਖ ਕੇ ਉਸ ਨੂੰ ਚੋਰੀ ਕਰਨ ਦਾ ਇਰਾਦਾ ਬਣਾਉਂਦੇ ਨੇ। ਇੱਕ ਚੋਰ ਜੋ ਕਿ ਗੱਡੀ ਦਾ ਲੌਕ ਖੋਲਦਾ ਹੈ ਤੇ ਦੂਸਰਾ ਬਾਈਕ ਰੇੜ ਕੇ ਅੱਗੇ ਲਾਉਣ ਚਲਾ ਜਾਂਦਾ ਹੈ। ਇਹ ਚੋਰ ਕਾਫੀ ਦੇਰ ਤੱਕ ਦਰਵਾਜ਼ਾ ਖੋਲਣ ਤੋਂ ਬਾਅਦ ਵੀ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਤਾਂ ਗੱਡੀ ਦਾ ਦਰਵਾਜ਼ਾ ਖੋਲ ਕੇ ਬਾਹਰੋਂ ਹੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਕਾਰ ਸਟਾਰਟ ਨਹੀਂ ਹੁੰਦੀ ਤਾਂ ਫਿਰ ਬੜੇ ਆਰਾਮ ਦੇ ਨਾਲ ਗੱਡੀ 'ਚ ਬੈਠ ਕੇ ਉਸਨੂੰ ਸਟਾਰਟ ਕਰਨ ਦੇ ਵਿੱਚ ਲੱਗ ਜਾਂਦਾ ਹੈ। ਕਾਫੀ ਦੇਰ ਤੱਕ ਜਦੋਂ ਇਹ ਕਾਰ ਸਟਾਰਟ ਨਹੀਂ ਹੁੰਦੀ ਤਾਂ ਦੂਸਰਾ ਸਾਥੀ ਵੀ ਇਸਦੇ ਕੋਲ ਆ ਜਾਂਦਾ ਹੈ। ਦੋਨੋਂ ਕੋਸ਼ਿਸ਼ ਕਰਦੇ ਨੇ ਪਰ ਅੰਤ ਵਿੱਚ ਅਸਫਲ ਰਹਿੰਦੇ ਨੇ। ਕਾਰ ਸਟਾਰਟ ਨਹੀਂ ਹੁੰਦੀ ਹੈ, ਬੜੇ ਆਰਾਮ ਦੇ ਨਾਲ ਕਾਰ ਦਾ ਦਰਵਾਜ਼ਾ ਬੰਦ ਕਰਦੇ ਨੇ, ਜੇਬਾਂ 'ਚ ਹੱਥ ਪਾਉਂਦੇ ਨੇ ਤੇ ਫਿਰ ਉੱਥੋਂ ਨਿਕਲ ਜਾਂਦੇ ਨੇ। ਹੁਣ ਇੱਥੇ ਚੋਰਾਂ ਦੇ ਮਾੜੇ ਨਸੀਬ ਕਹਿ ਲਓ ਜਾਂ ਇਸ ਕਾਰ ਮਾਲਕ ਦੀ ਚੰਗੀ ਕਿਸਮਤ ਕਹਿ ਲਓ ਕਿ ਜਿਸ ਦੀ ਕਾਰ ਬਚ ਗਈ ਤੇ ਚੋਰਾਂ ਨੂੰ ਖਾਲੀ ਹੱਥ ਮੁੜਨਾ ਪਿਆ। ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ। ਬਠਿੰਡਾ ਦੇ ਹੀ ਇੱਕ ਇਲਾਕੇ ਦੇ ਵਿੱਚ ਘਰ ਦੇ ਬਾਹਰ ਹੀ ਇੱਕ ਕਾਰ ਖੜੀ ਸੀ, ਜਿਸ ਨੂੰ ਦੇਖ ਕੇ ਚੋਰ ਚੋਰੀ ਕਰਨ ਦਾ ਇਰਾਦਾ ਤਾਂ ਬਣਾਉਂਦੇ ਨੇ ਪਰ ਚੋਰੀ ਨਹੀਂ ਕਰ ਪਾਉਂਦੇ। ਕਾਫੀ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਹ ਕਾਰ ਸਟਾਰਟ ਨਹੀਂ ਹੁੰਦੀ, ਜਿਸ ਕਰਕੇ ਚੋਰਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪੈਂਦਾ ਹੈ। ਸਵੇਰੇ ਉੱਠ ਕੇ ਜਦੋਂ ਕਾਰ ਮਾਲਕ ਦੇਖਦਾ ਹੈ ਕਿ ਉਸਦੀ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਤਾਂ ਫਿਰ ਉਹ ਸੀਸੀਟੀਵੀ ਤਸਵੀਰਾਂ ਚੈੱਕ ਕਰਦਾ ਹੈ, ਜਿਸ ਨੂੰ ਦੇਖ ਕੇ ਉਹ ਵੀ ਹੈਰਾਨ ਰਹਿ ਜਾਂਦਾ ਹੈ। ਪਰ ਕਿਤੇ ਨਾ ਕਿਤੇ ਸ਼ੁਕਰ ਵੀ ਮਨਾਇਆ ਹੋਏਗਾ ਕਿ ਚੋਰਾਂ ਕੋਲੋਂ ਗੱਡੀ ਸਟਾਰਟ ਨਹੀਂ ਹੋਈ, ਇਸੇ ਕਰਕੇ ਉਹ ਚੋਰੀ ਨਹੀਂ ਕਰ ਸਕੇ। ਕਾਰ ਮਾਲਕ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਸੀਸੀਟੀਵੀ ਵੀਡੀਓ ਵੈਸੇ ਤਾਂ ਚੋਰੀ ਦੀ ਹੈ, ਜਿੱਥੇ ਦੋ ਚੋਰ ਆਉਂਦੇ ਨੇ ਤੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਇਹਨਾਂ ਚੋਰਾਂ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਇਹਨਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪੈਂਦਾ ਹੈ। ਕਾਰ ਛੱਡ ਕੇ ਇਹ ਦੋਵੇਂ ਚੋਰ ਇੱਥੋਂ ਫਰਾਰ ਹੋ ਜਾਂਦੇ ਨੇ। ਦਰਅਸਲ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਕਿ ਇਹ ਦੋ ਚੋਰ ਜੋ ਗਲੀ ਦੇ ਵਿੱਚੋਂ ਗੁਜ਼ਰ ਰਹੇ ਸਨ ਤਾਂ ਕਾਰ ਖੜੀ ਦੇਖ ਕੇ ਉਸ ਨੂੰ ਚੋਰੀ ਕਰਨ ਦਾ ਇਰਾਦਾ ਬਣਾਉਂਦੇ ਨੇ। ਇੱਕ ਚੋਰ ਜੋ ਕਿ ਗੱਡੀ ਦਾ ਲੌਕ ਖੋਲਦਾ ਹੈ ਤੇ ਦੂਸਰਾ ਬਾਈਕ ਰੇੜ ਕੇ ਅੱਗੇ ਲਾਉਣ ਚਲਾ ਜਾਂਦਾ ਹੈ। ਇਹ ਚੋਰ ਕਾਫੀ ਦੇਰ ਤੱਕ ਦਰਵਾਜ਼ਾ ਖੋਲਣ ਤੋਂ ਬਾਅਦ ਵੀ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਤਾਂ ਗੱਡੀ ਦਾ ਦਰਵਾਜ਼ਾ ਖੋਲ ਕੇ ਬਾਹਰੋਂ ਹੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਕਾਰ ਸਟਾਰਟ ਨਹੀਂ ਹੁੰਦੀ ਤਾਂ ਫਿਰ ਬੜੇ ਆਰਾਮ ਦੇ ਨਾਲ ਗੱਡੀ 'ਚ ਬੈਠ ਕੇ ਉਸਨੂੰ ਸਟਾਰਟ ਕਰਨ ਦੇ ਵਿੱਚ ਲੱਗ ਜਾਂਦਾ ਹੈ। ਕਾਫੀ ਦੇਰ ਤੱਕ ਜਦੋਂ ਇਹ ਕਾਰ ਸਟਾਰਟ ਨਹੀਂ ਹੁੰਦੀ ਤਾਂ ਦੂਸਰਾ ਸਾਥੀ ਵੀ ਇਸਦੇ ਕੋਲ ਆ ਜਾਂਦਾ ਹੈ। ਦੋਨੋਂ ਕੋਸ਼ਿਸ਼ ਕਰਦੇ ਨੇ ਪਰ ਅੰਤ ਵਿੱਚ ਅਸਫਲ ਰਹਿੰਦੇ ਨੇ। ਕਾਰ ਸਟਾਰਟ ਨਹੀਂ ਹੁੰਦੀ ਹੈ, ਬੜੇ ਆਰਾਮ ਦੇ ਨਾਲ ਕਾਰ ਦਾ ਦਰਵਾਜ਼ਾ ਬੰਦ ਕਰਦੇ ਨੇ, ਜੇਬਾਂ 'ਚ ਹੱਥ ਪਾਉਂਦੇ ਨੇ ਤੇ ਫਿਰ ਉੱਥੋਂ ਨਿਕਲ ਜਾਂਦੇ ਨੇ। ਹੁਣ ਇੱਥੇ ਚੋਰਾਂ ਦੇ ਮਾੜੇ ਨਸੀਬ ਕਹਿ ਲਓ ਜਾਂ ਇਸ ਕਾਰ ਮਾਲਕ ਦੀ ਚੰਗੀ ਕਿਸਮਤ ਕਹਿ ਲਓ ਕਿ ਜਿਸ ਦੀ ਕਾਰ ਬਚ ਗਈ ਤੇ ਚੋਰਾਂ ਨੂੰ ਖਾਲੀ ਹੱਥ ਮੁੜਨਾ ਪਿਆ। ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ। ਬਠਿੰਡਾ ਦੇ ਹੀ ਇੱਕ ਇਲਾਕੇ ਦੇ ਵਿੱਚ ਘਰ ਦੇ ਬਾਹਰ ਹੀ ਇੱਕ ਕਾਰ ਖੜੀ ਸੀ, ਜਿਸ ਨੂੰ ਦੇਖ ਕੇ ਚੋਰ ਚੋਰੀ ਕਰਨ ਦਾ ਇਰਾਦਾ ਤਾਂ ਬਣਾਉਂਦੇ ਨੇ ਪਰ ਚੋਰੀ ਨਹੀਂ ਕਰ ਪਾਉਂਦੇ। ਕਾਫੀ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਹ ਕਾਰ ਸਟਾਰਟ ਨਹੀਂ ਹੁੰਦੀ, ਜਿਸ ਕਰਕੇ ਚੋਰਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪੈਂਦਾ ਹੈ। ਸਵੇਰੇ ਉੱਠ ਕੇ ਜਦੋਂ ਕਾਰ ਮਾਲਕ ਦੇਖਦਾ ਹੈ ਕਿ ਉਸਦੀ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ
ਤਾਂ ਫਿਰ ਉਹ ਸੀਸੀਟੀਵੀ ਤਸਵੀਰਾਂ ਚੈੱਕ ਕਰਦਾ ਹੈ, ਜਿਸ ਨੂੰ ਦੇਖ ਕੇ ਉਹ ਵੀ ਹੈਰਾਨ ਰਹਿ ਜਾਂਦਾ ਹੈ, ਪਰ ਕਿਤੇ ਨਾ ਕਿਤੇ ਸ਼ੁਕਰ ਵੀ ਮਨਾਇਆ ਹੋਏਗਾ ਕਿ ਚੋਰਾਂ ਕੋਲੋਂ ਗੱਡੀ ਸਟਾਰਟ ਨਹੀਂ ਹੋਈ, ਇਸੇ ਕਰਕੇ ਉਹ ਚੋਰੀ ਨਹੀਂ ਕਰ ਸਕੇ। ਕਾਰ ਮਾਲਕ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।